आ देख आ आ आ बड़ा सोहना आ आ बड़ा सोहना वो देख प्रीत उधर नूए वो देख है ना। हाँ जी ये सारा वॉलपेपर लग्या होया ले हुण हुण इंटर निक्के निक्के तुसी बड़े देखे होणगे अज तुहानूं वड्डा प्रिंटर दिखाउण लग्या पूरा वड्डा जिहड़ियां तुहाडे घरे कंधां दे उत्ते वॉलपेपर लगदे आ कमरियां च वॉलपेपर लगदे आ जां बणदियां फलैक्सां जां निक्कियां ते चाहे वड्डियां वो फलैक्सां किवें बणदियां किहो जिहा इह प्रिंटर है ते किन्ना क रंग पै जांदा किन्ने रंग पैंदे आ किवें सारा सिस्टम चलदा आपां पुछदे आ। मेरे नाल हैगा अजय आपां हुशियारपुर आ इन्हां दा इह प्रिंटर लाया होया आपां सारी गल्लबात पुछदे आ। अजय हाँ जी भाजी की हाल है मतलब बस ठीक ठाक है भाई ऐसी गल आ आ आ आ कादे वास्ते बन रहे पहला मैनूं ये भाजी घरां दे वॉलपेपर आ कंधां ते लगदे हां जी कंधां ते लगदे है जी हम ये उहदे वास्ते जिहड़ा एड्डा प्रिंटर आ यार इह हां जी खराब भी होया जानी कि मशीन भी साडे को खराब हुई है। उस तो बाद असीं डिजिटल नवीं मशीन लियांदी है जी जमा नवीं ली हां जी मेड इन कोरिया है जी कोरिया तो आई हां जी कोरिया तो आई आ इत्थे आके असेंबल हुंदी आ ते असीं हुण इह नवीं लई नूं सानूं 1.5 साल हो गया जी6 फुट 8 फुट 10 फुट ਜਿਹੜਾ ਤੁਸੀਂ ਸਾਈਜ਼ ਕੱਢਣਾ ਹੈਗਾ ਉਹ ਕੱਢਣਾ ਹੈਗਾ ਜਿੱਦਾਂ ਆਪਾਂ 3x2 ਦੇ ਜੇ ਕੱਢਣੇ 5 ਪੀਸ ਫਿਰ ਆਪਾਂ ਉਹਨੂੰ ਘੁਮਾ ਕੇ 2x3 ਦੇ 10 ਫੁੱਟ 'ਤੇ ਲਾ ਦੇਣੇ ਹੈਗੇ 2-2 ਦੇ 5 ਪੀਸ ਲਾ ਦੇਣੇ ਉਹ 10 ਫੁੱਟ ਦੇ ਉੱਤੇ ਨਿਕਲ ਜਾਣਾ ਹੈਗਾ ਜੀ ਜੇ ਵੈਸੇ ਫਿਰ ਵੀ ਅੱਧਾ ਵਰਤਣਾ ਅਤੇ ਅੱਧੇ ਅੱਧੇ ਗਾਂ ਜੇ ਮੀਡੀਆ ਛੋਟਾ ਲੱਗ ਜਾਣਾ ਹੈਗਾ ਜੀ ਨਹੀਂ ਮਸ਼ੀਨ ਨੇ ਉੱਥੇ ਤੱਕ ਹੀ ਹੋਣਾ ਜਿੱਥੇ ਤੱਕ ਆਪਾਂ ਉਹਨੂੰ ਕਮਾਂਡ ਦੇਣੀ ਹੈ ਮਸ਼ੀਨ ਗਾਂ ਨਹੀਂ ਵਧੂਗੀ ਗਾਂ ਨਹੀਂ ਵਧੂਗੀ ਜੀ ਗਾਂ ਨਹੀਂ ਵਧੂਗੀ ਤੇ ਇਹ 'ਚ ਛਾਈਆਂ ਇਹਦੇ 'ਚ 4 ਆ ਆਹ ਹਾਂਜੀ ਆਹ 4 ਆ ਹਾਂਜੀ ਇਹ 'ਚ ਛਾਈਆਂ 4 ਹੀ ਪੈਂਦੀਆਂ ਹਾਂਜੀ ਇਹਦੇ ਵਿੱਚ 4 ਹੀ ਪੈਂਦੀਆਂ ਜੀ ਇਹਦੇ ਵਿੱਚ ਪੈਂਦੀ ਆ ਜੈਲੋ ਮਜੈਂਟਾ ਸਿਆਨ ਤੇ ਬਲੈਕ ਆ ਇਹਦੀਆਂ ਇੰਕਾਂ ਲੱਗੀਆਂ ਹੋਈਆਂ ਆ ਆ ਦਿਖਾਈ ਪ੍ਰੀਤ ਓਏ ਇਧਰਲੇ ਪਾਸੇ ਆ ਲੱਗੀ ਵੀ ਆ ਇਹਦੇ ਵਿੱਚ ਇੰਕਾਂ ਲੱਗੀਆਂ ਹੋਈਆਂ ਆ ਇਹਨੇ ਆਪਣੇ ਹਿਸਾਬ ਨਾਲ ਰੰਗ ਲੈਣਾ ਤੇ ਆਪਣੇ ਹਿਸਾਬ ਦੇ ਨਾਲ ਹੀ ਰੰਗ ਬਣਾਉਣੇ ਆ ਇਹ ਇਹ ਚਾਰਾਂ ਦੇ ਵਿੱਚੋਂ ਹੀ ਸਾਰੇ ਰੰਗ ਬਣਾਉਂਦੇ ਆ ਜੀ ਚਾਰਾਂ ਦੇ ਵਿੱਚੋਂ ਹੀ ਸਾਰੇ ਰੰਗ ਬਣਨੇ ਆ ਜੀ ਚਾਰਾਂ ਦੇ ਵਿੱਚੋਂ ਸਾਰੇ ਬਣਨੇ ਜੀ ਜਾਂ ਦਾ ਮਤਲਬ ਹੁਣ ਉਦੋਂ ਵੋਟਾਂ ਵੇਲੇ ਤੁਸੀਂ ਫਿਰ ਫਲੈਕਸਾਂ ਦਾ ਕੰਮ ਕੀਤਾ ਹਾਂਜੀ ਅਸੀਂ ਕਾਫੀ ਕੰਮ ਕੀਤਾ ਆਮ ਆਦਮੀ ਪਾਰਟੀ ਦਾ ਕੀਤਾ ਆ ਕਾਂਗਰਸ ਵਾਲਿਆਂ ਦਾ ਕੀਤਾ ਆ ਅਕਾਲੀ ਦਲ ਦਾ ਕੰਮ ਹੋਇਆ ਜੀ ਸਾਡਾ ਯਾਨੀ ਕਿ ਅਸੀਂ ਕਾਫੀ ਕੰਮ ਕੀਤਾ ਹੈਗਾ ਇਲੈਕਸ਼ਨਾਂ ਦੇ ਵਿੱਚ ਤੇ ਮੈਨੂੰ ਐ ਦੱਸਾ ਵੀ ਜਦੋਂ ਉਹ ਵੋਟਾਂ ਵਾਲਾ ਤਾਂ ਚਲੋ ਤਾਂ ਸੀਜ਼ਨ ਆਉਂਦਾ ਹਾਂਜੀ ਸੀਜ਼ਨ ਆਉਂਦਾ ਸਕੂਲਾਂ ਵਾਲਾ ਵੀ ਸੀਜ਼ਨ ਹੀ ਆਉਂਦਾ ਸਕੂਲਾਂ ਵਾਲਾ ਵੀ ਹਾਂਜੀ ਕਰਦੇ ਆ ਹਾਂਜੀ ਸਕੂਲਾਂ ਦਾ ਆਈਲਟ ਸੈਂਟਰ ਹੋ ਗਏ ਸਲੂਨ ਹੋ ਗਏ ਅਸੀਂ ਸਾਰੇ ਲਗਾਉਂਦੇ ਆ ਜੀ ਤੇ ਜਿਹੜਾ ਉਦੋਂ ਬਾਅਦ ਜਿਹੜਾ ਆਮ ਘਰਾਂ ਦੇ ਵਿੱਚ ਵਾਲਪੇਪਰ ਆ ਵਾਲਪੇਪਰ ਬਣੀ ਜਾਂਦਾ ਲਾਉਣ ਵੀ ਆਪ ਜਾਂਦੇ ਆ ਨਹੀਂ ਬੰਦੇ ਰੱਖੇ ਆ ਜੀ ਲਾਉਣ ਲਈ ਅਸੀਂ ਤੇ ਵਿਦ ਫਿਟਿੰਗ ਹਾਂਜੀ ਵਿਦ ਫਿਟਿੰਗ ਆ ਇਹ 13 ਰੁਪਏ ਤੋਂ ਸਟਾਰਟ ਹੋ ਜਾਂਦੀ ਹੈਗੀ ਆ ਜੀ ਇਹ ਵਿਦ ਫਿਟਿੰਗ ਹਾਂਜੀ ਵਿਦ ਫਿਟਿੰਗ 13 ਰੁਪਏ ਸਕੁਅਰ ਫੁੱਟ ਤੋਂ ਸਟਾਰਟ ਹੋ ਜਾਂਦੀ 13 ਰੁਪਏ 15 ਰੁਪਏ 16 ਰੁਪਏ 18 ਰੁਪਏ 20 ਰੁਪਏ ਤੱਕ ਯਾਨੀ ਕਿ ਫੁੱਲ ਪੇਸਟ ਲੱਗਦੀ ਹੈਗੀ ਆ ਸਟਾਰ ਦਾ ਪੇਪਰ ਲੱਗਦਾ ਵਧੀਆ ਕੁਆਲਿਟੀ ਦਾ ਜੀ ਤੇ ਇਹਦੀ ਜਿਹੜੀ ਲਾਈਫ ਆ ਉਹ 8 ਤੋਂ 10 ਸਾਲ ਦੀ ਹੁੰਦੀ ਆ ਜੇ ਕੱਲੂ ਕੋਈ ਪ੍ਰੋਬਲਮ ਆਉਂਦੀ ਹੈਗੀ ਆ ਉਹ ਫ੍ਰੀ ਆਫ ਕੋਸਟ ਅਸੀਂ ਯਾਨੀ ਕਿ ਰਿਪੇਅਰ ਕਰਕੇ ਦਵਾਂਗੇ ਤੁਹਾਨੂੰ ਜੀ ਯਾਨੀ ਕਿ ਇਹ ਜਾਊਗਾ ਕਿਤੇ ਨਹੀਂ ਇਹ ਜਿੱਦਾਂ ਯਾਨੀ ਕਿ ਕੰਧਾਂ ਨੂੰ ਸਲਾਬਾ ਆਉਂਦਾ ਹੈਗਾ ਇਹ ਕਵਰ ਕਰਦਾ ਹੈਗਾ ਜੀ ਕੰਧਾਂ ਨੂੰ ਰੂਮ ਦੇ ਡੈਕੋਰੇਸ਼ਨ ਲਈ ਆ ਤੁਸੀਂ ਇਹਦੇ ਵਿੱਚ ਆਪਣੀਆਂ ਫੋਟੋਆਂ ਵੀ ਲਗਵਾ ਸਕਦੇ ਆ ਯਾਨੀ ਕਿ ਜੇ ਤੁਸੀਂ ਕੋਈ ਤੁਹਾਨੂੰ ਕਿਸੇ ਚੀਜ਼ ਦਾ ਸ਼ੌਂਕ ਆ ਕੋਈ ਘੋੜਿਆਂ ਦੀ ਕੋਈ ਕਿਸੇ ਵੀ ਚੀਜ਼ ਦੀ ਤੁਸੀਂ ਫੋਟੋ ਵਿੱਚ ਲਗਵਾ ਸਕਦੇ ਐਡ ਕਰਵਾ ਸਕਦੇ ਹੋ ਉਹ ਜਿਹੜਾ ਜਿਹੜੀ ਆਪਾਂ ਕੰਪਿਊਟਰ ਦੇ ਵਿੱਚ ਫੀਡ ਕਰਤਾ ਹਾਂਜੀ ਜੋ ਡਿਜ਼ਾਈਨ ਡਿਜ਼ਾਈਨ ਫੀਡ ਕਰਤਾ ਇਹਦੇ ਵਿੱਚ ਹੁਣ ਆਪਾਂ ਭਾਵੇਂ ਕੋਈ ਕੋਈ ਵੀ ਫੀਡ ਕਰਤਾ ਭਾਵੇਂ ਇਹਦੀ ਫਲੈਕਸ ਕਢਾ ਲਗੇ ਵੱਡੀ ਹਾਂਜੀ ਹਾਂਜੀ ਹਨਾ ਤੇ ਉਹ ਆਪਾਂ ਵਾਲਪੇਪਰ ਲਗਾ ਹਾਂਜੀ ਉਹ ਆਪਾਂ ਵਾਲਪੇਪਰ ਤੁਸੀਂ ਲਗਵਾ ਸਕਦੇ ਹੈਗੇ ਸਾਡੇ ਕੋਲ ਪਿੱਛੇ ਜੇ ਇੱਕ ਕਸਟਮਰ ਆਏ ਸੀਗੇ ਉਹਨਾਂ ਨੇ 12x10 ਦੀ ਕੰਧ ਲਗਵਾਈ ਆ ਉਹਨਾਂ ਨੇ ਆਪਣੀ ਮੈਰਿਜ ਦੀ ਫੋਟੋ ਲਗਵਾਈ ਆ ਮੈਂ ਤੁਹਾਨੂੰ ਉਹਨਾਂ ਦੀ ਵੀਡੀਓ ਦਿਖਾਉਂਗਾ ਉਹਨਾਂ ਨੇ ਆਪਣੀ ਮੈਰਿਜ ਦੀ ਵੀਡੀਓ ਫੋਟੋ ਲਗਵਾਈ ਆ ਪੂਰੀ ਕੰਧ ਦੇ ਉੱਤੇ 10x12 ਦੀ ਕੰਧ ਦੇ ਉੱਤੇ ਮੈਨੂੰ ਉਹ ਗੱਲ ਕਲੀਅਰ ਕਰ ਆਪਾਂ ਘਰਾਂ 'ਚ ਚੱਲ ਕੇ ਦੇਖਦੇ ਆ ਪਹਿਲਾਂ ਤਾਂ ਆਪਾਂ ਘਰੇ ਚੱਲਦੇ ਕਿਸੇ ਨੇ ਲਾਇਆ ਕਿ ਨੇੜੇ ਤੇ ਹਾਂਜੀ ਇੱਥੇ ਆਪਾਂ ਹਾਂਜੀ ਆਪਾਂ ਤੁਹਾਨੂੰ ਘਰ ਲੈ ਕੇ ਜਾਂਦੇ ਆ ਉੱਥੇ ਲਿਜਾ ਕੇ ਦਿਖਾਉਂਦੇ ਆ ਸਾਡੇ ਆਪਣੇ ਵੀ ਲੱਗੇ ਹੋਏ ਆ ਛੱਤਾਂ ਵੀ ਲਾਈ ਦੀਆਂ ਸੀ ਜਿਹੜਾ ਯਾਨੀ ਕਿ ਪੀਵੀਸੀ ਡਿਜ਼ਾਈਨ ਹੁੰਦੇ ਆਗੇ ਉਹ ਵੀ ਅਸੀਂ ਲਗਾਈਦੇ ਹੈਗੇ ਆ ਆਪਾਂ ਦੇਖ ਕੇ ਆਈਏ ਕਿਸੇ ਦਾ ਹਾਂਜੀ ਤੁਹਾਨੂੰ ਦਿਖਾਉਂਦੇ ਆ ਤੁਹਾਨੂੰ ਬਾਹਰ ਵੀ ਦਿਖਾਉਂਦੇ ਸਾਡੇ ਆਪਣੇ ਲੱਗੇ ਉਹ ਵੀ ਦਿਖਾਉਂਦੇ ਆ ਉੱਥੇ ਕਲੀਅਰ ਕਰਦਾ ਇੱਕ ਗੱਲ ਨਾ ਵਿੱਚ ਰੋਲੇ ਗੋਲੇ ਦੇ ਵਿੱਚ ਰਹਿ ਗਈ ਤੇ ਇਹ ਗਰੰਟੀ ਵਾਰੰਟੀ ਵਾਲੀ ਉਹ ਕੀ ਹਿਸਾਬ ਕਿਤਾਬ ਆ ਕਿਹੜੀਆਂ ਕੰਡੀਸ਼ਨਾਂ 'ਚ ਇਹਨਾਂ ਦੀ ਗਰੰਟੀ ਹੁੰਦੀ ਹੈ ਤੇ ਕਿਹੜੀਆਂ 'ਚ ਨਹੀਂ ਹੁੰਦੀ
ਉਹ ਆਪਾਂ ਉੱਥੇ ਚੱਲ ਕੇ ਗੱਲ ਕਰਦੇ ਹਾਂ ਜੀ ਹਾਂ ਜੀ ਚਲੀਏ ਆਪਾਂ ਦੇਖ ਕੇ ਹਾਂ ਜੀ ਭਾਜੀ ਚਲੋ ਜੀ ਆ ਆ ਸਾਰੇ ਮਕਾਨ ਦੇ ਵਿੱਚ ਬਾਈ ਆਪਣਾ ਵਾਲਪੇਪਰ ਲੱਗਿਆ ਹਾਂ ਜੀ ਭਾਜੀ ਇੱਥੇ ਸਾਰੇ ਲੱਗੇ ਹੋਏ ਆ ਟੋਟਲ ਸਾਰੇ ਚ ਲੱਗਿਆ ਹਾਂ ਜੀ ਟੋਟਲ ਆ ਲੋਬੀ ਸਾਰੀ ਲੱਗੀ ਹੋਈ ਆ ਹਾਂ ਸਰ ਆ ਜੀ ਉਹ ਇੱਧਰ ਆ ਹਾਂ ਆ ਦੇਖ ਆ ਆ ਆ ਬੜਾ ਸੋਹਣਾ ਆ ਆ ਬੜਾ ਸੋਹਣਾ ਉਹ ਦੇਖ ਪ੍ਰੀਤ ਉਧਰ ਨੂੰ ਇਹ ਉਹ ਦੇਖ ਹਨਾ ਹਾਂ ਜੀ ਇਹ ਸਾਰਾ ਵਾਲਪੇਪਰ ਲੱਗਿਆ ਹੋਇਆ ਲੈ ਹੁਣ ਹੁਣ ਮੈਨੂੰ ਇਹ ਦੱਸ ਵੀ ਜਿਹੜੀ ਤੁਸੀਂ ਗੱਲ ਕਰਦੇ ਸੀ ਨਾ ਹਾਂ ਜੀ ਇਹ ਭਾਜੀ ਹੈਗੀ ਆ ਫੁੱਲ ਪੇਸਟ ਜੇ ਤੁਸੀਂ ਇੱਦਾਂ ਹੱਥ ਮਾਰੋ ਇਹ ਕੰਧ ਦੇ ਨਾਲ ਬਿਲਕੁਲ ਲੱਗੀ ਹੋਈ ਹੈ ਇੱਦਾਂ ਨਹੀਂ ਹੋਊਗੀ ਕਿ ਖੜਕਦੀ ਹੋਊਗੀ ਖੁੰਝੇ ਜੁੜੇ ਹੋਏ ਆ ਇਹ ਬਿਲਕੁਲ ਨਾਲ ਲੱਗੀ ਹੋਈ ਆ ਸਟਾਰ ਦਾ ਪੇਪਰ ਲੱਗਾ ਹੋਇਆ ਆ ਵਧੀਆ ਕੁਆਲਿਟੀ ਦਾ ਇਹਦੀ 10 ਸਾਲ ਦੀ ਗਾਰੰਟੀ ਆ ਭਾਜੀ 10 ਸਾਲ ਦੀ ਗਾਰੰਟੀ 10 ਸਾਲ ਚ ਕੀ ਹੋਵੇ ਤਾਂ ਅਗਲਾ ਤੈਨੂੰ ਕਲੇਮ 10 ਸਾਲ ਚ ਜੇ ਲਿੱਥ ਜਵੇ ਤਾਂ ਲਾ ਜੇ ਹਾਂਜੀ ਰੰਗ ਉੜ ਜਵੇ ਦਾ ਕੁਝ ਵੀ ਹੋ ਜਵੇ 10 ਸਾਲ ਇਹ ਕਿਤੇ ਨਹੀਂ ਜਾਊਗਾ ਜੀ ਕੋਈ ਧਾਗੇ ਛੱਡ ਜਵੇ ਪੇਪਰ ਤਾਂ ਅਸੀਂ ਯਾਨੀ ਕਿ ਫ੍ਰੀ ਆਫ ਕਾਸਟ ਕਰਾਂਗੇ ਰੰਗ ਨਾਲੋਂ ਕਿੰਨੀ ਕੁ ਮਹਿੰਗੀ ਸਸਤੀ ਪੈਂਦੀ ਹੈ ਰੰਗ ਨਾਲੋਂ ਰੰਗ ਦੇ ਰੇਟ ਦੇ ਵਿੱਚ ਪੈ ਜਾਂਦੀ ਹੈਗੀ ਹੈ ਜੀ ਰੰਗ ਦੇ ਰੇਟ 'ਚ ਹੀ ਪੈ ਜਾਂਦੀ ਹੈਗੀ ਹੈ ਯਾਨੀ ਕਿ ਰੰਗ ਨਾਲੋਂ ਸਸਤੀ ਪਊਗੀ ਜੇ ਆਪਾਂ ਵਧੀਆ ਰੰਗ ਕਰਾਉਣਾ ਚਾਹਾਂਗੇ ਤਾਂ ਉਹਦੇ ਨਾਲੋਂ ਤਾਂ ਸਸਤੀ ਪਊਗੀ ਭਾਜੀ ਇਹ ਤੇ ਰੰਗ ਨਾਲੋਂ ਕਿੰਨੀ ਛੇਤੀ ਹੋ ਜਾਂਦੀ ਹੈ ਛੇਤੀ ਭਾਜੀ ਇਹ ਹੈ ਕਿ ਤੁਸੀਂ ਦੇਖ ਲਓ ਆਹ ਆਪਣਾ ਏਰੀਆ ਜਿੰਨਾ ਲੱਗਾ ਹੋਇਆ ਆ ਇਹ ਅਸੀਂ ਯਾਨੀ ਕਿ ਇੱਕ ਦਿਨ ਦੇ ਵਿੱਚ ਲਗਾਇਆ ਹੋਇਆ ਹੈ ਆ ਸਾਰਾ ਹਾਂਜੀ ਇੱਕ ਦਿਨ ਦੇ ਵਿੱਚ ਲਗਾਇਆ ਹੋਇਆ ਆ ਤੇ ਡਿਜ਼ਾਈਨ ਸਾਡੇ ਕੋਲ ਘੱਟ ਤੋਂ ਘੱਟ ਨਹੀਂ 2-3 ਲੱਖ ਡਿਜ਼ਾਈਨ ਹੋਣਾ ਆ ਜੀ ਕਸਟਮਰ ਦੀ ਡਿਮਾਂਡ ਦੇ ਉੱਤੇ ਆ ਜਿੱਦਾਂ ਦਾ ਵੀ ਕਹੋਗੇ ਜੇ ਕਿਸੇ ਦੀ ਆਪਣੀ ਫਰਮਾਇਸ਼ ਆ ਉਦਾਂ ਦਾ ਵੀ ਬਣ ਜੂਗਾ ਜਿੱਦਾਂ ਹੁਣ ਆਹ ਫੁੱਲ ਲੱਗਾ ਦੇਖੋ ਇਹ ਯਾਨੀ ਕਿ ਭਾਜੀ ਉਹਨਾਂ ਨੇ ਕਹਿ ਕੇ ਹੀ ਲਗਾਇਆ ਸੀਗਾ ਯਾਨੀ ਕਿ ਜੀ ਉਦਾਂ ਇਹ ਡਿਜ਼ਾਈਨ ਕਾਫੀ ਵੱਡਾ ਸੀਗਾ ਕਿ ਆਪਾਂ ਕਟਿੰਗ ਕਰਕੇ ਉਸ ਹਿਸਾਬ ਨਾਲ ਉਹਨਾਂ ਜਿੱਦਾਂ ਜਿੱਦਾਂ ਦੀ ਲੋਕੇਸ਼ਨ ਸੀਗੀ ਉਸ ਹਿਸਾਬ ਨਾਲ ਕੱਟ ਕੇ ਲਗਾਇਆ ਯਾਨੀ ਕਿ ਜੱਚਦਾ ਵਧੀਆ ਲੱਗਦਾ ਜੀ ਜੇ ਜੇ ਕਿਸੇ ਵੀ ਮਤਲਬ ਬੰਦੇ ਕੋਲੇ ਬੰਦੇ ਦੇ ਦਿਮਾਗ ਦੇ ਵਿੱਚ ਰਾਤ ਨੂੰ ਸੁਪਨਾ ਵੀ ਆ ਗਿਆ ਵੀ ਭਾਈ ਇਹੋ ਜਿਹਾ ਡਿਜ਼ਾਈਨ ਮੈਨੂੰ ਚਾਹੀਦਾ ਉਹੋ ਜਿਹਾ ਤੁਸੀਂ ਲਾਓ ਭਾਜੀ ਉਦਾਂ ਦੇ ਬਣ ਜੂਗਾ ਦੱਸਣ ਦੀ ਦੇਰ ਆ ਬਸ ਆ ਸਾਰਾ ਇੱਕ ਦਿਨ ਚ ਲਾਇਆ ਹਾਂਜੀ ਇੱਕ ਦਿਨ ਚ ਲੱਗੇ ਹਾਂਜੀ ਛੱਤਾਂ 'ਚ ਵੀ ਲਾ ਦਿੰਦੇ ਆ ਛੱਤ ਪਲੇਨ ਹੋਣੀ ਚਾਹੀਦੀ ਆ ਜੀ ਇੱਥੇ ਪੀਓਪੀ ਹੋਈ ਹੈਗੀ ਇੱਥੇ ਲੱਗਣਾ ਨਹੀਂ ਸੀ ਇੱਥੇ ਨਹੀਂ ਲੱਗਣਾ ਸੀਗਾ ਪਲੇਨ ਛੱਤ ਹੋਊਗੀ ਉਹਦੇ ਉੱਤੇ ਲੱਗ ਜਾਂਦਾ ਹੈਗਾ ਜੀ ਉਹਦੇ ਤੇ ਲੱਗ ਜਾਂਦਾ ਰੰਗ ਦੇ ਜੇ ਮੁੱਲ 'ਚ ਵੀ ਪੈਂਦਾ ਤੇ ਆਪਾਂ ਕਹਿ ਲਈਏ ਵੀ ਬਸ ਕੱਲੀਆਂ ਬਾਲਟੀਆਂ ਨਹੀਂ ਬਚਦੀਆਂ ਇਹ 'ਚੋਂ ਹਾਂਜੀ ਉਹ 'ਚੋਂ ਬਾਲਟੀਆਂ ਬਚਦੀਆਂ ਤੁਸੀਂ ਮੰਨ ਲਓ ਜੇ ਆਪਾਂ 12x10 ਦਾ ਵੀ ਕਮਰਾ ਲਾਉਂਦੇ ਆ ਯਾਨੀ ਕਿ ਜੇ 500 ਸਕੁਅਰ ਫੁੱਟ ਏਰੀਆ ਲਾਉਂਦੇ ਤਾਂ 9-10 ਹਜ਼ਾਰ ਰੁਪਏ ਦੇ ਵਿੱਚ ਤਿਆਰ ਹੋ ਜਾਂਦਾ ਜੀ ਕਮਰਾ ਹਾਂ ਚਲੋ ਅੱਜ ਦਾ ਰੇਟ ਜਿਹੜਾ ਹਾਂਜੀ ਅੱਜ ਦਾ ਰੇਟ ਜਿਹੜਾ ਯਾਨੀ ਕਿ ਤੁਸੀਂ ਮੰਨ ਲਓ ਜਿਹੜਾ ਕਮਰਾ ਲਗਭਗ ਇੰਨੇ ਕੁ 450-500 ਫੁੱਟ ਏਰੀਆ ਹੁੰਦਾ ਹੈਗਾ ਉਹ 9000 ਰੁਪਏ ਦੇ ਵਿੱਚ ਕਮਰਾ ਤਿਆਰ ਹੋ ਜਾਂਦਾ ਵਧੀਆ ਡੈਕੋਰੇਸ਼ਨ ਬਣ ਜਾਂਦੀ ਹੈਗੀ ਆ ਬਾਕੀ ਹਾਂਜੀ ਬਹੁਤ ਵਧੀਆ ਲੱਗਿਆ ਬਾਈ ਮੈਨੂੰ ਸੋਹਣਾ ਬਹੁਤ ਲੱਗਿਆ ਯਾਰ ਇੱਕ ਤਾਂ ਇਹ ਆ ਵੀ ਜੇ 3-4 ਸਾਲਾਂ ਬਾਅਦ ਰੰਗ 3 ਕੁ ਸਾਲ ਘਟਦਾ ਹਾਂਜੀ 3 ਕੁ ਸਾਲ ਕਾਹਦੇ ਜੀ 6 ਮਹੀਨੇ ਘਟਦਾ ਉਸ ਤੋਂ ਬਾਅਦ ਤਾਂ ਨਿਆਣੇ ਹੱਥ ਲਾ ਕੇ ਗੰਦਾ ਕਰ ਦਿੰਦੇ ਹੈਗੇ ਇਹ ਹੈਗਾ ਵਾਟਰ ਪ੍ਰੂਫ ਆ ਜੀ ਇਹ ਵਾਟਰ ਪ੍ਰੂਫ ਆ ਤੁਸੀਂ ਜਿੱਦਾਂ ਮਰਜ਼ੀ ਹੱਥ ਲਾਓ ਕੱਲ ਨੂੰ ਗੰਦਾ ਵੀ ਹੁੰਦਾ ਗਿੱਲਾ ਕੱਪੜਾ ਮਾਰੋ ਇਹ ਸਾਫ਼ ਹੋ ਜਾਣਾ ਧੋ ਵੀ ਹੋ ਜਾਣਾ ਇਹ ਕੁਛ ਨਹੀਂ ਹੋਣਾ ਕੰਧਾ ਦੇਖੋ ਭਾਜੀ ਉਹਨਾਂ ਦੀਆਂ ਇਦਾਂ ਸੀਗੀਆਂ ਪਹਿਲਾਂ ਇਹਨਾਂ ਤੋਂ ਥੱਲੇ ਆਹ ਪ੍ਰੋਬਲਮ ਸੀ ਕੰਧਾਂ ਨੂੰ ਇਹਨਾਂ ਦੀਆਂ ਹਾਂਜੀ ਇਦਾਂ ਪ੍ਰੋਬਲਮ ਸੀਗੀ ਇਦਾਂ ਸਲਾਬਾ ਸੀਗਾ ਆਹ ਇਹਨਾਂ ਦੇ ਹੁਣ ਇਹ 2 ਰੂਮ ਵੀ ਲਗਾਵਾਂਗੇ ਇਹਨਾਂ ਦਾ ਕੰਮ ਹਲੇ ਝੋਨੇ ਦਾ ਚੱਲਦਾ ਪਿਆ ਉਸ ਤੋਂ ਬਾਅਦ ਜਿੱਦਣ ਫ੍ਰੀ ਹੋਏ ਫੇਰ ਲਾਵਾਂਗੇ ਤੇ ਆਹ ਰੰਗ ਲੈਣ ਦੀ ਪ੍ਰੋਬਲਮ ਸੀਗੀ ਇਹਨਾਂ ਨੇ ਤਾਂ ਲਗਾਇਆ ਹਾਂਜੀ ਤਾਂ ਇਹਨੂੰ ਸਾਫ਼ ਨਾ ਕੁਝ ਨਹੀਂ ਹੁੰਦਾ ਇਹਨੂੰ ਕੁਝ ਨਹੀਂ ਹੁੰਦਾ ਜੀ ਇਹ ਨਾਲ ਚਿਪਕ ਜਾਣਾ ਹੈਗਾ ਹੈ ਇਹਨੂੰ ਅਮਰੀਕਨ ਬੌਂਡ ਲੱਗਦੀ ਆ ਹਾਂਜੀ ਇਹਦੀ ਸਪੈਸ਼ਲ ਬੌਂਡ ਆਉਂਦੀ ਹੈ ਜੀ ਜੀ ਹਾਂਜੀ ਉਹ ਗੁੰਦ ਕੁਝ ਨਹੀਂ ਹੁੰਦੀ ਨਹੀਂ ਉਹਨੂੰ ਕੁਝ ਨਹੀਂ ਹੁੰਦਾ ਚਿਪਕਾ ਦਿੰਦਾ ਜੀ ਬਿਲਕੁਲ ਇਹਨਾਂ ਨੂੰ ਲੱਗਿਆ ਨੂੰ ਘੱਟ ਤੋਂ ਘੱਟ ਨਹੀਂ ਮੇਰੇ ਖਿਆਲ ਨਾਲ 8-9 ਮਹੀਨੇ ਹੋ ਗਏ ਹੋਣੇ ਨਾ ਭਾਜੀ ਸਾਲ ਹੋ ਗਿਆ ਜੀ ਇਹਨਾਂ ਨੂੰ ਲਗਭਗ ਲੱਗਿਆ ਨੂੰ ਤੁਸੀਂ ਦੇਖ ਸਕਦੇ ਆ ਕਿ ਇੱਕ ਵੀ ਪਾਸਿਓ ਕਿਤੋਂ ਵੀ ਗੰਦਾ ਨਹੀਂ ਹੈਗਾ ਕੋਈ ਵੀ ਇਹਦੇ ਤੇ ਕੁਝ ਨਹੀਂ ਹੈਗਾ ਜੇ ਜੇ ਗੰਦਾ ਹੋ ਜੇ ਅੱਜ ਤੋਂ ਸਾਲ ਪਹਿਲਾਂ ਸੀ ਉਦਾਂ ਹੀ ਅੱਜ ਆ ਜੀ ਤੇ ਜੇ ਮੰਨ ਲਓ ਗੰਦਾ ਹੋ ਗਿਆ ਤਾਂ ਧੋ ਸਕਦੇ ਆ ਹਾਂਜੀ ਧੋ ਸਕਦੇ ਤੁਸੀਂ ਗਿੱਲਾ ਕਪੜਾ ਲੈ ਕੇ ਇਹਨੂੰ ਸਾਫ਼ ਕਰ ਸਕਦੇ ਆ ਮੇਰੇ ਹਿਸਾਬ ਨਾਲ ਯਾਰ ਪ੍ਰੀਤ ਇਹ ਸੌਦਾ ਠੀਕ ਆ ਯਾਰ ਹਾਂਜੀ ਸੂਤਾ ਲੈ ਭਾਈ ਜੇ ਕੰਮ ਕਰਾਉਣਾ ਤੇ ਪ੍ਰਿੰਟਰ ਇਹਨਾਂ ਕੋਲੇ ਆਪਦਾ ਹੀ ਆ ਮਸ਼ੀਨਰੀ ਸਾਰੀ ਆਪਦੀ ਆ ਸਾਡੀ ਆਪਣੀ ਮਸ਼ੀਨ ਆ ਜੀ ਆਪਣੇ ਡਿਜ਼ਾਈਨ ਆ ਸੀ ਆਪ ਖੁਦ ਡਿਜ਼ਾਈਨ ਕਰਦੇ ਆ ਆਪਾਂ ਮਾੜੇ ਹੋਰ ਦੇਖ ਕੇ ਆਈਏ ਹਾਂਜੀ ਤੁਹਾਨੂੰ ਹੋਰ ਵੀ ਤੁਹਾਨੂੰ ਦਿਖਾਉਂਦੇ ਆ ਦੇਖ ਕੇ ਆਉਨੇ ਆ ਫਾਈਨ ਕਰਦੇ ਆ ਤੁਸੀਂ ਸੱਦੀ ਤੇ ਆਪਾਂ ਕਿਸੇ ਹੋਰ ਘਰੇ ਚੱਲਦੇ ਆ ਹਾਂਜੀ ਹੋਰ ਦਿਖਾ ਦਿੰਦੇ ਫਿਰ ਤੁਹਾਨੂੰ ਦੱਸਦਾ ਅਗਲੀ ਗੱਲ ਠੀਕ ਆ ਜੀ